हां जी सत श्री अकाल जी, होर की हाल चाल है? की है सारी क्लियर? हां जी सत श्री अकाल जी, होर की हाल चाल है? अज असि पहुंच गए पिंड। किन्ने दिन हो गए वैसे तो आया नूं घरे, पर इत्थे उदन दा गेड़ा ही नहीं वज पा रहा सीगा, क्योंकि एक दिन तो दो दिन दा साडे पंजवार लग गए सीगे, एक दिन भूआ दे पिंड चले गए, तो क्योंकि विआह दीआं तैयारियां चल रहीआं ने। इत्थे दा हले तक असी भी नहीं देखिआ सी किन्ना कुछ हो गया पापा, पर फोटोआं भेजदे रहिंदे हुंदे सीगे उत्थे सानूं भी आह कुछ हो गया, हुण आह कुछ हो गया, हुण जाके देखदे आं, नाल तुहानूं भी दिखाउंदे आं, अपडेट दिंदे आं। ते इक होर गल, हले आपणीआं लेह वालीआं लेह लद्दाख वालीआं वीडियोज़ खत्म नहीं होईआं, हले उत्थे दीआं तीन चार वीडियोज़ पईआं ने, पर हले एडिट करन नूं टाइम नहीं लग रहा सीगा, तां मैं सोचा चल थोड़े दिनों तक फिर अपलोड कर लाँगे, नाले गैप पै जूगा थोड़ा जिहा, घर वालीआं वीडियोज़ नूं तुसीं मिस कर रहे होणे, नाले इत्थे दा भी पुछ रहे सी भी उत्थे दी अपडेट दो, तां अज फिर तुहानूं दिखाउंदे आं। चलो हुण तां इत्थे गेट भी लग गया, पहलां गेट नहीं सीगा। चलो हो गया एंटर, हुण काफी कुछ इत्थे नवां बन गया है, जिवें कि ओह ते ओह ते अंदरों भी, हले कम तां वैसे चल ही रहा, इधर इंटीरियर दा कम चल रहा, इधर पौड़ी लागी हुई है, ते पापा एज यूजुअल कम करन लगे हुए ने। झोपड़ी बनावांगे, गारे नाल लपावांगे, अंदरों भी बाहरों भी, बाद इक पांडू हुंदा, पांडू साहिब तुहानूं पता या नहीं पता, आले दुआले लिपणा इहदे विच, हां अंदरों भी ते बाहरों भी, तां कि ठंडा रहूगा। ठीक ओह आ जिहड़ा ਉਹ ਗੋਲ ਬਣਾਈ ਹੈ, ਝੋਂਪੜੀ ਬਣਾਉਣੀ ਹੈ ਉਹ ਵੀ, ਉਹਦੇ ਉੱਤੇ ਉਹ ਸਾਈਡਾਂ ਤੋਂ ਓਪਨ ਰੱਖਣੀ ਹੈ, ਨਹੀਂ ਉਹਦੇ ਆਲੇ ਦੁਆਲੇ ਜਾਲੀ ਲਵਾਉਣੀ ਹੈ, ਅੱਛਾ, ਤਾਂ ਕਿ ਮੱਛਰ ਮੱਖੀ ਤੋਂ ਫਾਇਦਾ ਰਹੇ, ਤੇ ਮੂਹਰੇ ਗੇਟ ਲੱਗਦਾ ਕਰਨਾ, ਤੇ ਉਹ ਐਂ ਟੇਪਰ ਉੱਪਰ ਨੂੰ ਲਾਉਣੀ, ਇਹ ਦੋਨਾਂ ਦੀਆਂ ਟੇਪਰ ਲੱਗਣਗੀਆਂ ਹੈ ਨਾ, ਇਹ 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 ਇੱਦਾਂ ਛੱਪੜ ਟਾਈਪ ਹੈ, ਉਹਦੀਆਂ ਸਿੱਧੀ ਸਲੋਪ ਜਾਊਗੀ। ਅੱਛਾ, ਇਹ ਫਿਰ ਲਾਈਆਂ ਕਿਉਂ ਨਹੀਂ ਹਾਲੇ ਤੱਕ? ਇਹ ਹਲੇ ਉਹ ਜਿਹੜਾ ਸਰਕੜਾ ਹੈ ਨਾ, ਉਹ ਕਾਰੀਗਰ ਨੂੰ ਕਿਹਾ ਸੀ ਰੋਪੜ ਵਾਲੇ ਪਾਸੇ ਕੋਈ ਕਾਰੀਗਰ ਪਤਾ ਕੀਤੇ ਨੇ, ਉਹ ਕਹਿੰਦਾ ਵੀ ਸਰਕੜਾ ਹਲੇ ਪੱਕਿਆ ਨਹੀਂ। ਅੱਛਾ, ਇਹ ਫਿਰ ਕਦੋਂ ਲੱਗਣਗੀਆਂ? ਹਾਂ ਇਹ ਬੰਦੇ ਦੀ ਇੱਕ ਦੀ ਡਿਊਟੀ ਲਾਈ ਹੋਈ ਹੈ, ਉਹ ਉਹਨਾਂ ਨਾਲ ਗੱਲ ਕਰ ਰਿਹਾ, ਜਦੋਂ ਸਰਕੜਾ ਉਹਨਾਂ ਨੂੰ ਕਿਤੋਂ ਮਿਲ ਗਿਆ ਅਵੇਲੇਬਲ ਹੋ ਗਿਆ, ਮੈਂ ਕਿਹਾ ਵੀ ਸਮਾਨ ਵੀ ਆਪਣਾ ਨਾਲ ਲਿਆਇਓ, ਬਾਂਸ ਵੀ ਲਿਆਇਓ ਨਾਲ, ਸਾਰਾ ਕੁਛ ਲਿਆ ਕੇ ਉਹ ਕੰਪਲੀਟ ਕਰ ਦੇਣਗੇ। ਠੀਕ ਹੈ, ਅਤੇ ਇੱਧਰ ਇੱਧਰ ਹੈ ਜਿਹੜਾ ਥੋੜ੍ਹਾ ਉਹ ਫਰਸ਼ ਲੱਗ ਰਿਹਾ ਹੇਠਾਂ, ਜਿਵੇਂ ਪਹਿਲਾਂ ਜਿਹੜਾ ਸਵੀਮਿੰਗ ਪੂਲ ਬਣਾਇਆ, ਇਹਦੇ ਉੱਤੇ ਪਹਿਲਾਂ ਟਾਈਲਾਂ ਲਾਈਆਂ ਸੀ, ਪਹਿਲਾਂ ਉਹਦੇ ਟਾਈਲਾਂ ਸੀਗੀਆਂ, ਉਹ ਚੇਂਜ ਕਰਾ ਕੇ ਹੁਣ ਆਪਾਂ ਇੱਥੇ ਪੱਥਰ ਲਾ ਲਿਆ, ਇਹਦੇ ਉੱਤੇ ਹੁਣ ਇਹ ਗ੍ਰੇਨਾਈਟ ਲਾਤਾ ਉੱਤੇ, ਇਹ ਇੱਕ ਤਾਂ ਇਹ ਉਹਦੀਆਂ ਕਿਉਂਕਿ ਸਾਈਡਾਂ ਚੁੱਭਦੀਆਂ ਸੀਗੀਆਂ ਜਿਹੜੇ ਟਾਈਲ ਲੱਗੇ, ਉਹਦੇ ਕਾਰਨਰ ਤਿੱਖੇ ਸੀ, ਇਹ ਬਾਅਦ 'ਚ ਜਿਵੇਂ ਜਿਵੇਂ ਕੰਮ ਕਰਦੇ ਹਾਂ ਉਵੇਂ ਆਪਾਂ ਨੂੰ ਆਈਡੀਆ ਆਉਂਦਾ, ਫਿਰ ਆ ਇਹਦਾ ਗੋਲਾ ਬਣਾ ਕੇ ਇਹ ਗ੍ਰੇਨਾਈਟ ਲਾਤਾ, ਤਾਂ ਕਿ ਕੋਈ ਤਾਂ ਇੰਜਰੀ ਵੀ ਨਾ ਹੋਵੇ, ਤਾਂ ਇਹਦੀ ਲਾਈਫ ਵੀ ਜ਼ਿਆਦਾ ਕਹਿੰਦੇ। ਬਾਕੀ ਹੈ ਇੱਧਰ ਲੈਂਡਸਕੇਪਿੰਗ ਦਾ ਕੰਮ ਥੋੜ੍ਹਾ ਥੋੜ੍ਹਾ ਹਲੇ ਸਟਾਰਟ ਕੀਤਾ, ਹਲੇ ਸਟਾਰਟ ਕੀਤਾ, ਮਿੱਟੀ ਖਰਨ ਤੋਂ ਟੋਵਾਲ ਬਣਾਤੀ, ਇਹ ਟੋਵਾਲ ਬਣਾ ਕੇ ਇੱਧਰ ਆ ਚੋਚੇ ਦੇ ਨਾਲ, ਇੱਧਰ ਆ ਇੰਨੇ ਏਰੀਏ 'ਚ ਲੈਂਡਸਕੇਪਿੰਗ ਕਰਨੀ ਹੈ, ਅਤੇ ਜਾਂ ਜਿਹੜਾ ਬਰੁੱਟ ਹੈ ਇੱਥੇ ਤੱਕ ਸਾਰੇ ਕਿਤੇ, ਅਤੇ ਉੱਧਰ ਰਸਤੇ 'ਚ ਵੀ ਇਹਦੇ ਇੱਥੇ ਮਿੱਟੀ ਪਾ ਕੇ ਨਾ, ਜਿਹੜਾ ਉਹ ਪੱਥਰ ਹੈ ਮੇਰੇ ਥੋੜ੍ਹਾ ਥੋੜ੍ਹਾ ਦਿਮਾਗ 'ਚ ਆ ਰਿਹਾ, ਵੀ ਉਹ ਆਲੇ ਦੁਆਲੇ ਉਰੇ ਬੈਠਣ ਨੂੰ ਥੋੜ੍ਹਾ ਜਿਹਾ ਥੋੜ੍ਹਾ ਬਣਾ ਦਾਂਗੇ, ਥੋੜ੍ਹਾ ਜਿਹਾ ਬਣਾ ਦਾਂਗੇ ਬਰੋਟੇ ਥੱਲੇ, ਬਾਕੀ ਜਿਵੇਂ ਜਿਵੇਂ ਸੱਜਿਆ ਉਦਾਂ ਕਰੀਆਂ ਵਾਂ। ਹਰ ਕੋਈ ਨਵੀਂ ਸਕੀਮ ਆਉਂਦੀ ਹੈ, ਕਦੇ ਕੁਛ ਕਦੇ ਕੁਛ ਬੈਠ ਕੇ, ਬਾਕੀ ਹੁਣ ਵੈਸੇ ਆਲਮੋਸਟ ਉਹ ਡਿਜ਼ਾਈਨਰ ਸਾਹਿਬ ਨੂੰ ਪੁੱਛ ਸਕਦਾ ਤੂੰ, ਆਲਮੋਸਟ ਵੈਸੇ ਕੰਪਲੀਟ ਕੰਪਲੀਸ਼ਨ ਵੱਲ ਨੂੰ ਹੋ ਰਿਹਾ ਹੁਣ ਤਾਂ ਕੰਮ, ਦੋ ਅੰਬ ਨੇ ਉਹ ਪਰਲੇ, ਅਮਰੂਦ ਹੈ, ਕੁਛ ਪਲਾਂਟਸ ਹੋਰ ਵੀ ਲਾਣੇ ਨੇ, ਤੇ ਜਿਵੇਂ ਆੜੂ ਹੈ ਬਦਾਮ ਹੈ ਉਹ ਵੀ ਲਿਆ ਕੇ, ਹੁਣ ਸੀਜ਼ਨ ਹੈਗਾ ਅੱਜ ਕੱਲ੍ਹ ਉਹ ਲਾ ਦਾ, 8-10 ਬੂਟੇ ਉਹ ਰਸਤੇ ਦੇ ਵੀ ਲਾਏ ਨੇ ਪਰੇ, ਅੱਛਾ, ਤੇ ਕੁਛ ਉਹ ਜਾਮਣਾ ਪਈਆਂ ਨੇ ਹਲੇ, ਉਹ ਮੇਰੀ ਸਲਾਹ ਹੈ ਆ ਆ ਸਾਈਡਾਂ ਤੇ ਐ ਕਿਉਂ ਛੱਡਿਆ ਆਪਾਂ, ਇਹ
ਆ ਜਿਹੜੀਆਂ ਇੱਟਾਂ ਲਾਈਆਂ ਨੇ ਨਾ ਆ ਜਗ੍ਹਾ ਛੱਡੀ ਹੈ ਇਹਨਾਂ ਦੇ ਉੱਤੇ ਵਾਈਟ ਸਟੋਨ ਹੁੰਦਾ ਇੱਕ ਇਹਨਾਂ ਦੇ ਵਿੱਚ ਉਹ ਪਾਉਣਾ ਅੱਛਾ ਉਹ ਲਿਆ ਕੇ ਇਹਦੇ ਵਿੱਚ ਪਾ ਦੇਣਾ ਉਹ ਥੋੜੀ ਜਿਹੀ ਦਿਨ ਕੌੜ ਜੀ ਹੋ ਗਈ ਇੱਕ ਤਾਂ ਬਹਾਨਾ ਤਾਂ ਐ ਲਾਊਗਾ ਟਾਈਮ ਲੱਗ ਗਿਆ ਟਾਈਮ ਤਾਂ ਹੈਗਾ ਸੀ ਦੋ ਦਿਨ ਬਾਰਿਸ਼ ਪੈਂਦੀ ਰਹੀ ਹੈ ਉਹੀ ਬਸ ਪਤਾ ਨਹੀਂ ਕਿਉਂ दरवाजे आने से पता नहीं क्यों नहीं आए एक दो दिन से दरवाजे लगे सच करे आए वे लाने वाला बंदा नहीं कल आने छोटा जा किचन बनाया थले कप ला देंगे बॉक्स कली हूँ हो रही कली स्टार्ट हो गई होनी इन पुट्टी कहने पुट्टी हो रही है पार्ट अपा कवर करना उपरों इन्ना दसते दसते गर्म पसीनो पसीनी हो गया मैं पसीना कि आ रहा ना नाले हवा भी लग रही है ह्यूमस जी हुई हुई है थोड़ी हाँ कल मैं दूजे कपड़े च आऊंगा अज मैं कुर्ता जहा पाया बहाना कल पूरा दिन लवाऊंगा थोड़े नाल आके फिर बार बार करी चलो जा एक बार गर्मी निकल जाए ना जी तो मेरा भी कर रहा मैं कपड़े नहीं चक लिया कुछ पाने भी नहीं मिलना चेंज कर ले हवा चल पी हूँ ठंडी हवा चल पी मैं सारे किते आले दाले जिवें हाँ हाँ जिवें ग्रीन कारपेट नहीं विछा हुंदा सारे आले दाले ग्रीनरी ग्रीनरी इत्थों अपने पिंड वाला घर दिखता कि नहीं ध्यान नाल वह टैंकी कोल है वह सी टैंकी दिखदा नहीं टैंकी टैंकी दिखदी है घर नहीं दिखदा दरवाजे तो कल लग जाने अग्गे अग्गे आराम नाल घूम जानी थी अच्छा उत्ते बड़ी सोहनी हवा लग रही है मम्मी पापा अंदर जब तुसी अंदर थी मम्मी कहते ड्राइवर पक्का है भी हो नहीं रही बैक हाँ अच्छा अच्छा चलिए उत्ते बड़ी हवा लग रही है पौ थले बैठे रहे उत्ते हवा चल रही है चलो आओ चलिए पापा आने गए हाँ देखो उत्ते कि जबरदस्त हवा चल रही है ਉਹੀ ਗੱਲ ਕਰ ਰਹੇ ਸੀ ਅਸੀਂ ਵੀ ਉਰੇ ਥੋੜੇ ਦਿਨਾਂ ਮਗਰੋਂ ਵੀ ਝਾੜੂ ਹਫ਼ਤੇ ਮਗਰੋਂ ਤਾਂ ਘੱਟੋ ਘੱਟ ਚਾਹੀਦਾ ਜੇ ਦੋ ਰੋਜ਼ ਨਹੀਂ ਤਾਂ ਪਰ ਇਹਨੂੰ ਦਿਨ ਵੀ ਤਾਂ ਕਿੰਨੇ ਹੋ ਗਏ ਕਿਹੜਾ ਸਫਾਈ ਕਰੀਏ ਜਿੱਦਣ ਦਾ ਬਣਿਆ ਜਿੱਦਣ ਦਾ ਬਣਿਆ ਇੰਨਾ ਕੀ ਹੋਇਆ ਕੋਈ ਖਾਸ ਨਹੀਂ ਹੋਇਆ ਫਿਰ ਵੀ ਉਹ
ਤੇ ਹਵਾ ਚੰਗੀ ਲੱਗਦੀ ਹੈ ਹਾਂ ਇੱਥੇ ਬਹਿ ਜਾ ਆਰਾਮ ਨਾਲ ਹਾਂ ਮੰਝਾ ਡਾ ਕੇ ਨਾਲ ਛਾਂ ਦੀ ਛਾਂ ਹਾਂ ਤੇ ਛਾਂ ਚ ਬੈਠਣ ਉੱਤੇ ਵੀ ਛਾਂ ਆਉਂਦੀ ਹੈ ਬੜੇ ਪੇੜਾਂ ਦੇ ਉਂ ਫਾਇਦੇ ਤਾਂ ਬਹੁਤ ਨੇ ਵੱਡਿਆਂ ਦੇ ਹੁਣ ਕਿੰਨਾ ਉੱਚਾ ਹੈ ਕਮਰਾ ਬਣ ਕੇ ਵੀ ਉੱਤੇ ਦੀ ਕਿੰਨਾ ਜਾ ਰਿਹਾ ਬਣ ਕੇ ਵੀ ਉੱਤੇ ਪੂਰੀ ਛਾਂ ਰਹਿੰਦੀ ਆ ਉਹ ਤੱਕ ਛਾਂ ਹੈ ਸਾਰੀ ਉਹਨਾਂ ਨੂੰ ਇੱਥੇ ਤਾਂ 2 ਮਿੰਟ ਦੀ ਗੱਲ ਹੈ ਹਾਂ ਉਹਨਾਂ ਨੂੰ ਆਪਣੀ ਫਿਕਰ ਪੈ ਗਈ ਵੀ ਸਾਨੂੰ ਛੜੂ ਮਲਾਉਣਾ ਲੱਗਿਆ ਕਰੂ ਉਹੀ ਡਿਸਕਸ਼ਨ ਚੱਲ ਰਹੀ ਹੈ ਥੱਲੇ ਮੈਂ ਤੁਹਾਨੂੰ ਆਪਦੀ ਫਿਕਰ ਪੈ ਗਈ ਨਾ ਮੈਂ ਤਾਂ ਦੂਜੇ ਵਾਲਾ ਝਾੜੂ ਲਿਆਉਂਗੀ ਫਿਰ ਕਿਹੜਾ ਉਹ ਜਿਹੜਾ ਐਂ ਖੜੇ ਵਾਲਾ ਅੱਛਾ ਉੱਤੇ ਉੱਤੇ ਹੀ ਵੱਜ ਜਾਂਦਾ चलो जल्दी पार्ट तो हम ओवर होने आप हम मौजा बैठा करा नजारे हम थोड़ा हम पार्ट शुरू होने लाओ झाड़ू तैयार हो जाए झाड़ू चक्कन अज भूआ ने न्योंदा लेके आना न्योंदा ही हुंदा निंदन आना या तो जो भी बेबे तो पुछते हैं एग्जैक्ट वर्ड ता हुण पहुंच गए आप पिंड वाले घरे भूआ भी पहुंचने वाली होनी वैसे आया नू लाइट गई